ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਲਗਾਤਾਰ ਅਸੀਂ ਐਜੂਕੇਸ਼ਨ ਦੇ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਤੇ ਕਈ ਮੁਲਾਕਾਤਾਂ ਨੇ ਜਿਹੜੀਆਂ ਉਹ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੇ ਹਾਂ। ਇਸ ਕੜੀ ਤਹਿਤ ਇੱਕ ਕਦਮ ਹੋਰ ਅੱਗੇ ਚੱਲਦੇ ਹੋਏ ਅੱਜ ਗੱਲ ਕਰਾਂਗੇ 5178 ਵਾਲੀਆਂ ਜਿਹੜੀਆਂ ਕੁੜੀਆਂ ਨੇ ਉਹ ਲਗਾਤਾਰ ਪਿਛਲੇ 10-11 ਸਾਲਾਂ ਤੋਂ ਆਪਣਾ ਪ੍ਰਦਰਸ਼ਨ ਕਰ ਰਹੀਆਂ ਨੇ। ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਕਈ ਫੈਸਲੇ ਵੀ ਸੁਣਾਏ ਨੇ, ਪਰ ਉਹਨਾਂ ਦਾ ਮਾਮਲਾ ਲਗਾਤਾਰ ਜਿਉਂ ਦਾ ਤਿਉਂ ਬਣਿਆ ਹੋਇਆ। ਅਤੇ ਦੂਸਰੇ ਪਾਸੇ ਜਿਹੜੇ ਪੱਕੇ ਪ੍ਰੋਫੈਸਰ ਨੇ ਉਹਨਾਂ ਦੀਆਂ ਭਰਤੀਆਂ 25 ਸਾਲਾਂ ਤੋਂ ਰੁਕੀਆਂ ਹੋਈਆਂ ਨੇ। ਇਸ ਮੁੱਦੇ 'ਤੇ ਗੱਲਬਾਤ ਕਰਾਂਗੇ ਅਤੇ ਉੱਚ ਜਿਹੜੀ ਸਿੱਖਿਆ ਉਸਦਾ ਪੱਧਰ ਹੈ ਲਗਾਤਾਰ ਕਿਉਂ ਗਿਰ ਰਿਹਾ ਅਤੇ ਜਿਹੜੀਆਂ ਪੰਜਾਬ ਸਰਕਾਰ ਹੈ ਤਜਵੀਜ਼ ਲੈ ਆਉਂਦੀ ਹੈ ਪਰ ਉਸ ਉੱਤੇ ਸਿੱਖਿਆ ਡਿਪਾਰਟਮੈਂਟ ਹੈ ਜਿਹੜਾ ਉਹਦੇ ਉੱਤੇ ਅਮਲ ਕਿਉਂ ਨਹੀਂ ਕੀਤਾ ਜਾ ਰਿਹਾ। ਇਸ ਸਾਰੇ ਮਸਲੇ 'ਤੇ ਗੱਲ ਕਰਾਂਗੇ ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਦਿੰਦੇ ਹਾਂ। ਕਰਨੈਲ ਸਿੰਘ ਪੀਰ ਮੁਹੰਮਦ ਜੀ, ਬਨੇਰਾ ਟੀਵੀ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪੀਰ ਮੁਹੰਮਦ ਜੀ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ 5178 ਵਾਲੀਆਂ ਕੁੜੀਆਂ ਨੇ 2011 ਤੋਂ ਉਹਨਾਂ ਦਾ ਮਾਮਲਾ ਚੱਲ ਰਿਹਾ ਪਰ ਹੁਣ ਤੱਕ ਲਗਾਤਾਰ ਜਦ ਹਾਈ ਕੋਰਟ ਹੈ ਜਿਹੜਾ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਕਈ ਵਾਰ ਫੈਸਲੇ ਸੁਣਾ ਚੁੱਕਿਆ, ਹੁਣ ਤੱਕ ਉਹਨਾਂ ਦਾ ਜਿਹੜਾ ਮਾਮਲਾ ਉਹ ਸੁਲਝਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅਤੇ ਲਗਾਤਾਰ ਉਹ ਸਿੱਖਿਆ ਵਿਭਾਗ ਦੇ ਸਾਹਮਣੇ ਬਿਲਕੁਲ ਪ੍ਰਦਰਸ਼ਨ ਕਰਦੀਆਂ ਦਿਖਾਈ ਦੇ ਰਹੀਆਂ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਰਿਵਾਇਜ਼ ਦੇ ਜਿਹੜੇ ਬੇਰੁਜ਼ਗਾਰ ਅਧਿਆਪਕ ਯੂਨੀਅਨ, ਇਹਨਾਂ ਦਾ ਮਸਲਾ ਜਿਹੜਾ ਹੈ ਇਹ ਇਕੱਲਾ ਇਹਨਾਂ ਦਾ ਹੀ ਨਹੀਂ, ਇਹਨਾਂ ਦੇ ਪਰਿਵਾਰਾਂ ਦਾ ਮਸਲਾ ਹੈ ਔਰ ਸਾਡੇ ਸਮਾਜ ਦਾ ਮਸਲਾ ਔਰ ਸਾਡੀ ਜਵਾਨੀ ਦਾ ਮਸਲਾ ਹੈ। ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ETT ਅਧਿਆਪਕ ਹਨ, ਜਦੋਂ ਉਹਨਾਂ ਦਾ ਮਸਲਾ ਸਾਹਮਣੇ ਆਇਆ ਸੀ ਤਾਂ ਮੈਂ ਉਸ ਵਕਤ ਵੀ ਉਸ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਸੀ। ਜਦੋਂ BED ਅਧਿਆਪਕਾਂ ਦਾ ਮਸਲਾ ਆਇਆ ਸੀ ਮੈਂ ਉਸ ਵਕਤ ਵੀ ਉਹਨਾਂ ਦਾ ਸਾਥ ਦਿੱਤਾ ਸੀ। ਜਦੋਂ ਅੰਗਹੀਨ ਜਿਹੜੇ ਸਫਾਈ ਸੇਵਕ ਆ ਥੋੜੇ ਦਿਨ ਪਹਿਲਾਂ ਜਦੋਂ ਬ੍ਰਹਮ ਮਹਿੰਦਰਾ ਨੂੰ ਮਿਲਣ ਆਏ ਤੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਤੇ ਉਹਨਾਂ ਦਾ ਮਸਲਾ ਵੀ ਮੈਂ ਉਠਾਇਆ ਸੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਪੰਜਾਬ ਦੇ ਅੰਦਰ ਤ੍ਰਾਸਦੀ ਕੀ ਹੈ। ਇੱਕ ਪਾਸੇ ਸਾਡਾ ਨੌਜਵਾਨ ਵਰਗ ਜਿਹੜਾ ਹੈ ਜਿਹਨਾਂ ਦੇ ਹੱਥ ਦੇ ਵਿੱਚ ਡਿਗਰੀਆਂ ਡਿਪਲੋਮੇ ਨੇ ਉਹ ਨੌਕਰੀ ਕਰਨਾ ਚਾਹੁੰਦੇ ਨੇ, ਉਹ ਆਪਣੇ ਭਵਿੱਖ ਨੂੰ ਸਵਾਰਨ ਵਾਸਤੇ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਸ ਆਧਾਰ ਦੇ ਉੱਤੇ ਉਹ ਸੇਵਾਵਾਂ ਆਪਣੀਆਂ ਦੇਣੀਆਂ ਚਾਹੁੰਦੇ ਨੇ, ਲੇਕਿਨ ਉਹਨਾਂ ਦੀਆਂ ਸੇਵਾਵਾਂ ਲੈਣ ਦੀ ਜਗ੍ਹਾ ਉਹਨਾਂ ਨੂੰ ਕੁੱਟਿਆ ਜਾਂਦਾ, ਲੁੱਟਿਆ ਜਾਂਦਾ, ਮਾਰਿਆ ਜਾਂਦਾ। ਦੂਜੇ ਪਾਸੇ ਸਰਕਾਰਾਂ ਇੱਕ ਤਰ੍ਹਾਂ ਦੀ ਮੈਂ ਅਜਾਚੀ ਕਹਾਂਗਾ ਕਿ ਉਹ ਆਪਣੇ MLA ਨੂੰ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਆਪਣੇ ਜਿਹੜੇ ਉਹਨਾਂ ਨੇ ਚੇਅਰਮੈਨ ਬਣਾ ਰੱਖੇ ਨੇ ਜਾਂ ਜਿਹੜੇ ਹੋਰ ਜਿੰਨੇ ਵੀ ਅਹੁਦੇ ਨੇ, ਐਡਵਾਈਜ਼ਰਾਂ ਦੀ ਇੱਕ ਫੌਜ ਬਣਾ ਰੱਖੀ ਹੈ, ਉਹਨਾਂ ਨੂੰ ਬੇਤਹਾਸ਼ਾ ਪੈਸਾ DA ਪਤਾ ਨੀ ਕੀ ਕੁੱਝ ਉਹਨਾਂ ਨੂੰ ਦਿੱਤਾ ਜਾਂਦਾ। ਤੇ ਜਦੋਂ ਕੋਈ ਮੇਨ ਕੋਈ ਉਹਨਾਂ ਦੇ ਸਾਹਮਣੇ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਹੱਥ ਦੇ ਵਿੱਚ ਕਈ ਵਾਰੀ ਫੋਨ ਫੜ ਕੇ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਜੀ ਉਹ ਰੇਹੜੀ ਵਾਲੇ ਨੂੰ ਵੇਖਿਆ ਜੀ, ਮੈਂ ਉਹਦੀ 5 ਲੱਖ ਰੁਪਏ ਦੀ ਮਦਦ ਕਰ ਰਿਹਾ, ਮੈਂ ਉਸ ਬੱਚੀ ਨੂੰ ਦੇਖਿਆ ਟਿਕਟੌਕ ਦੇ ਉੱਤੇ ਤਾਂ ਮੈਂ ਉਹਦੀ 5 ਲੱਖ ਰੁਪਏ ਦੀ ਮਦਦ ਕਰ ਰਿਹਾ। ਭਾਈ ਦੇਖੋ, ਉਹਨਾਂ ਦੀ ਮਦਦ ਕਰਨੀ ਵੀ ਇੱਕ ਬਹੁਤ ਚੰਗੀ ਗੱਲ ਹੈ, ਹੌਸਲਾ ਅਫਜਾਈ ਕਰਨੀ ਬੜੀ ਚੰਗੀ ਗੱਲ ਹੈ, ਲੇਕਿਨ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ, ਡਿਪਲੋਮੇ ਕੀਤੇ, ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਜਿਹੜਾ ਥਾ ਪੈਸਾ ਸਮਾਂ ਜਿਹੜਾ ਉਹ ਇਸ ਦੇ ਉੱਤੇ ਲਗਾਇਆ ਕਿ ਅੱਜ ਤੁਸੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਲੁੱਟ ਕਰ ਰਹੇ ਹੋ, ਤੇ ਇਸ ਤੋਂ ਮਾੜਾ ਮੈਂ ਕਹਿੰਦਾ ਮਹਾਂਪਾਪ ਇਹਨੂੰ ਕਿਹਾ ਜਾ ਸਕਦਾ ਕਿ ਜਿਹੜਾ ਸਾਡੇ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਇਹਨਾਂ ਵੱਲੋਂ ਕੀਤਾ ਜਾ ਰਿਹਾ। ਤੇ ਮੈਂ ਮਹਿਸੂਸ ਕਰਦਾ ਕਿ ਅੱਜ ਵੀ ਮੈਂ ਪੰਜਾਬ ਭਵਨ ਦੇ ਵਿੱਚ ਗਿਆ ਸੀ ਤੇ ਮੈਂ ਕਿਸੇ ਮਿਨਿਸਟਰ ਨੂੰ ਮਿਲਣਾ ਸੀ ਤੇ ਉੱਥੇ ਗੱਲਬਾਤ ਚੱਲੀ, ਉਹ ਕੁੱਝ ਉੱਥੇ ਅੱਜ ਪੇ ਕਮਿਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆ ਮਨਪ੍ਰੀਤ ਸਿੰਘ ਬਾਦਲ ਨੂੰ ਉੱਥੇ ਮਿਲਣ ਆਏ ਹੋਏ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਦੇਖੋ ਇਹ ਕਿਸ ਤਰ੍ਹਾਂ ਦੇ ਲੋਕ ਨੇ, ਸਾਨੂੰ ਬੁਲਾ ਲੈਂਦੇ ਆ, ਸਾਨੂੰ ਮੀਟਿੰਗਾਂ ਕਰ ਲੈਂਦੇ ਆ, ਫਿਰ ਘਰਾਂ ਨੂੰ ਭੇਜ ਦਿੰਦੇ ਆ। ਪਿਛਲੇ 4.5 ਸਾਲਾਂ ਦਾ ਸਮਾਂ ਇਹਨਾਂ ਨੇ ਇਵੇਂ ਨਿਕਾ ਦਿੱਤਾ, ਮੀਟਿੰਗਾਂ ਦੇ ਵਿੱਚ ਅਸੀਂ ਆਉਂਦੇ ਹਾਂ ਇੰਨੀ ਇੰਨੀ ਦੂਰੋਂ, ਸਾਡੇ ਜਿਹੜੇ ਲੋਕ ਉਹ ਸਾਡੇ ਮੂੰਹ ਵੱਲ ਵੇਖਦੇ ਨੇ ਕਿ ਪਤਾ ਨੀ ਅੱਜ ਕੋਈ ਫੈਸਲਾ ਕਰਾ ਕੇ ਉੱਠਣਗੇ, ਪਰ ਫਿਰ ਲਾਰਾ ਲੱਪਾ ਲਾ ਦਿੱਤਾ ਜਾਂਦਾ। ਸੋ ਇਹ ਬਹੁਤ ਵੱਡਾ ਇੱਕ ਅਨਿਆਂ ਹੈ ਔਰ ਅਨਿਆਂ ਕਰਨ ਵਾਲੇ ਲੋਕ ਜਿਹੜੇ ਆ ਇਹਨਾਂ ਦਾ ਭਲਾ ਕਿਵੇਂ ਹੋਵੇਗਾ ਇਹ ਤਾਂ ਹੁਣ ਪਰਮਾਤਮਾ ਨੂੰ ਹੀ ਪਤਾ ਹੈ, ਕਿਉਂਕਿ ਇਹਨਾਂ ਨੂੰ ਏਡੀਆਂ ਵੱਡੀਆਂ ਪਦਵੀਆਂ ਮਿਲੀਆਂ ਨੇ ਤੇ ਇਹ ਪਦਵੀਆਂ ਦਾ ਦੁਰਉਪਯੋਗ ਕਰ ਰਹੇ ਨੇ।
ਅੱਛਾ ਪੀਰ ਮੁਹੰਮਦ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਪਦਵੀਆਂ ਦੀ ਦੁਰਵਰਤੋਂ ਕਰ ਰਹੀਆਂ ਨੇ, ਅਤੇ ਕੱਲ੍ਹ ਜਿਹੜੇ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਨੇ ਇੰਦਰਪਾਲ ਕੌਰ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਨਾਟਕ ਵੀ ਖੇਡੇ ਆ ਅਤੇ ਅਸੀਂ ਨਾਟਕ ਵੀ ਮਤਲਬ ਪੇਸ਼ ਕੀਤੇ ਆ ਇਸ ਸਾਰੇ ਮਾਮਲੇ 'ਤੇ, ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਵੀ ਜਿਹੜੇ ਫੈਸਲੇ ਸੁਣਾਏ ਆ, ਪਰ ਹੁਣ ਤੱਕ ਜਿਹੜੀਆਂ ਉਹਨਾਂ ਦੀ ਕਰੀਬ ਕਰੀਬ 40 ਸਾਲ ਦੀ ਉਮਰ ਹੋ ਗਈ ਆ ਉਹਨਾਂ ਕੁੜੀਆਂ ਦੀ, ਜਿਹੜੇ ਸੜਕਾਂ 'ਤੇ ਬੈਠੀਆਂ ਨੇ। ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ, ਅਤੇ ਦੂਸਰੇ ਪਾਸੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਸੜਕਾਂ 'ਤੇ ਬੈਠੀ ਹੈ, ਅਤੇ ਹੁਣ ਉਹਨਾਂ ਕੁੜੀਆਂ ਨੂੰ ਬਹੁਤ ਸਾਰੀਆਂ ਜਿਹੜੀਆਂ ਆਰਥਿਕ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕਰੀਬ ਕਰੀਬ ਸਭ ਦੀ 40 ਜਾਂ 40 ਤੋਂ ਉੱਪਰ ਦੀ ਏਜ ਹੋ ਗਈ ਹੈ, ਅਤੇ ਮਾਮਲਾ 10-11 ਸਾਲ ਪਹਿਲਾਂ ਦਾ। ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸੱਤਾ ਦੇ ਵਿੱਚ ਰਹਿ ਲਈ, ਅਤੇ ਨਾਲ ਦੀ ਨਾਲ ਜਿਹੜੀ ਕੈਪਟਨ ਸਰਕਾਰ ਦਾ ਵੀ ਕਾਰਜਕਾਲ ਪੂਰਾ ਹੋ ਗਿਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੋਵੇਂ ਕਾਰਜਕਾਲਾਂ ਨੂੰ, ਅਤੇ ਦੋਵਾਂ ਦੇ ਕਾਰਜਕਾਲਾਂ ਦੇ ਵਿੱਚ ਹੱਲ ਕਿਉਂ ਨਹੀਂ ਹੋ ਪਾਇਆ, ਕੀ ਕਾਰਨ ਮੰਨਦੇ ਹੋ ਤੁਸੀਂ? ਦੇਖੋ, ਜਿਹੜੀ ਪੰਜਾਬ ਸਰਕਾਰ ਹੈ ਉਹਦੇ ਬਾਰੇ ਤਾਂ, ਜਾਂ ਜਿਹੜੇ ਰਾਜਨੀਤਿਕ ਪਾਰਟੀਆਂ ਉਹਨਾਂ ਬਾਰੇ, ਜਾਂ ਰਾਜਨੀਤਿਕ ਲੀਡਰਾਂ ਬਾਰੇ, ਅੱਜ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਉਹ ਤੁਹਾਨੂੰ ਪਤਾ ਲੱਗ ਹੀ ਗਿਆ, ਉਹਨਾਂ ਨੇ ਕਿੰਨੀ ਲਾਹਨਤ ਪਾਈ ਹੈ ਕਿ ਤੁਸੀਂ ਭਾਈ ਇੱਕ ਦੂਜੇ ਦੇ ਨਾਲ ਕਿਵੇਂ ਫਰੈਂਡਲੀ ਮੈਚ ਖੇਡ ਰਹੇ ਹੋ, ਕਿਵੇਂ ਲੋਕਾਂ ਦਾ ਧਨ ਜਿਹੜਾ ਤੁਸੀਂ ਧਨ ਕੁਬੇਰ ਬਣ ਗਏ, ਲੇਕਿਨ ਆਮ ਲੋਕ ਜਿਹੜੇ ਆ ਉਹ ਇਸ ਵਕਤ ਬੇਵੱਤ ਨਜ਼ਰ ਆ ਰਹੇ ਨੇ। ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਅੱਜ ਜਿਹੜਾ ਤਾਜ਼ਾ ਡਿਸੀਜਨ ਹੋਇਆ, ਉਸ ਦੇ ਵਿੱਚ ਉਹਨਾਂ ਨੇ ਇੱਕ ਝਾੜ ਪਾਈ ਕਿ ਕਿੰਨੇ ਕ੍ਰਿਮੀਨਲ ਲੋਕ ਜਿਹੜੇ ਆ ਤੁਸੀਂ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾਵਾਂ ਦੇ ਅੰਦਰ ਜਾਂ ਅਲੱਗ ਅਲੱਗ ਜਿਹੜੇ ਪੋਰਟਫੋਲੀਓ ਜਿਹਨਾਂ ਨੂੰ ਤੁਸੀਂ ਦਿੱਤੇ ਹੋਏ ਆ, ਉਹਨਾਂ ਦਾ ਕਰੈਕਟਰ ਕੀ ਹੈ, ਉਹ ਕਿਸ ਤਰ੍ਹਾਂ ਦੀ ਨੀਤੀ ਤਹਿਤ ਕੰਮ ਕਰ ਰਹੇ ਨੇ। ਮੈਂ ਇਹਨਾਂ ਭੈਣਾਂ ਨੂੰ, ਇਹਨਾਂ ਬੇਟੀਆਂ ਨੂੰ, ਇਹਨਾਂ ਮਾਤਾਵਾਂ ਨੂੰ, ਇਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਤੇ ਤੁਸੀਂ ਉਮਰ ਦੇ ਤਕਾਜੇ ਦੇ ਨਾਲ, ਜਿਵੇਂ ਤੁਸੀਂ ਦੱਸਿਆ ਕੋਈ 40 ਸਾਲ ਦੀ ਲੜਕੀ ਹੋ ਗਈ, ਕੋਈ 30 ਸਾਲ ਦੀ ਹੋ ਗਈ, ਕੋਈ ਇਸ ਤੋਂ ਵੀ ਜ਼ਿਆਦਾ ਉਮਰ, ਜਿਹੜੇ ਉਹਨਾਂ ਦਾ ਸਮਾਂ ਜਿਹੜਾ ਲੰਘ ਗਿਆ, ਲੇਕਿਨ ਇਸ ਸਮੇਂ ਦਰਮਿਆਨ ਜਿਹਨਾਂ ਨੇ ਵਿਆਹ ਕਰਵਾ ਲਏ ਉਹਨਾਂ ਦੇ ਘਰ ਬੱਚੇ ਵੀ ਹੋ ਗਏ, ਉਹ ਕਬੀਲਦਾਰੀ ਦੇ ਵਿੱਚ ਵੀ ਪੈ ਗਏ, ਤੇ ਅੱਜ ਉਹਨਾਂ ਦੇ ਕੋਲ ਸੋਰਸ ਆਫ ਇਨਕਮ ਕੋਈ ਨੀ ਹੈਗੀ। ਤੇ ਮੈਂ ਇਹ ਗੱਲ ਕਹਾਂਗਾ, ਇੱਕ ਤਾਂ ਮੈਂ ਇਹਨਾਂ ਨੂੰ ਖੁੱਲਾ ਸੱਦਾ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਜੋ ਸਾਡਾ ਵਿਜ਼ਨ ਹੈ, ਕਿਉਂਕਿ ਸਾਡੇ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਉਹ ਮੈਂ ਇਹਨਾਂ ਨੂੰ ਉਹਨਾਂ ਨਾਲ ਬੁਲਾਵਾਂਗਾ। ਦੇਖੋ, ਵਾਅਦੇ ਤਾਂ ਸਾਰੇ ਕਰਦੇ ਆ, ਸਾਡਾ ਵੀ ਤੁਸੀਂ ਸਮਝੋਗੇ ਕਿ ਇਹ ਵੀ ਇੱਕ ਵਾਅਦਾ ਕਰ ਰਹੇ ਨੇ, ਪਰ ਅੱਜ ਜਿਹੜੇ 6-7 ਮਹੀਨੇ ਬਚੇ ਨੇ ਇਸ ਸਮੇਂ ਦਰਮਿਆਨ ਵੀ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਅਸੀਂ ਚੰਗੇ ਢੰਗ ਤਰੀਕੇ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਜਿੱਥੇ ਤਾਂ ਪਹਿਲਾਂ ਪੰਜਾਬ ਸਰਕਾਰ ਦੇ ਪਲੇਟਫਾਰਮ ਦੇ ਉੱਤੇ ਅੱਛੇ ਤਰੀਕੇ ਨਾਲ ਇੱਕ ਪ੍ਰੈਸ਼ਰ ਦੇ ਨਾਲ ਲੈ ਕੇ ਜਾਵਾਂਗੇ, ਨਹੀਂ ਤਾਂ ਆਉਣ ਵਾਲੀ ਸਰਕਾਰ ਦੇ ਵਿੱਚ ਇਸ ਮਸਲੇ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਵਾਚ ਕਰਕੇ ਇਹਦਾ ਜੋ ਵੀ ਸਲਿਊਸ਼ਨ ਹੋ ਸਕਦਾ ਚੰਗੇ ਢੰਗ ਦੇ ਨਾਲ, ਇਹਨਾਂ ਨੂੰ ਜਿਹੜਾ ਰੁਜ਼ਗਾਰ, ਜਿਹੜੀਆਂ ਉਹਨਾਂ ਦਾ ਹੱਕ ਬਣਦਾ, ਕੋਈ ਕਿਸੇ ਨੇ ਕੋਈ ਆਸਾਨ ਨੀ ਕਰਨਾ ਇਹਨਾਂ ਤੇ, ਉਹ ਇਹਨਾਂ ਨੂੰ ਅਸੀਂ ਪੇਡ ਕਰਵਾਵਾਂਗੇ, ਹਰ ਹਾਲਤ ਦੇ ਵਿੱਚ ਇਹਨਾਂ ਨੂੰ ਦੇਵਾਂਗੇ। ਫਿਰ ਵੀ ਜਿਹੜੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੀਡੀ ਨੇ, ਉਹਨਾਂ ਨੂੰ ਅਸੀਂ ਭਾਵੇਂ ਕਿਸੇ ਜਿੰਨੀ ਦੇਰ ਤੱਕ ਫਾਰ ਦਾ ਟਾਈਮ ਕੋਈ ਹੋਰ ਨਹੀਂ ਹੱਲ ਪੱਕਾ ਲੱਭਦਾ, ਤੇ ਉਹਨਾਂ ਦੀ ਜੋ ਵੀ ਅਸੀਂ ਮੁਨਾਸਿਬ ਸਹਾਇਤਾ ਹੋ ਸਕਦੀ ਹੈ ਕਿਸੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਅਸੀਂ ਸਹਿਯੋਗ ਕਰ ਸਕਦੇ ਹਾਂ, ਤਾਂ ਕਿ ਉਹਨਾਂ ਨੂੰ ਕੋਈ ਉਹਨਾਂ ਦਾ ਚੰਗਾ ਪ੍ਰਬੰਧ ਕੀਤਾ ਜਾ ਸਕੇ, ਉਸ ਦੇ ਲਈ ਵੀ ਤਿਆਰ ਹਾਂ ਕਿ ਜਦੋਂ ਮਰਜ਼ੀ ਇਹਨਾਂ ਸਾਡੇ ਦਰਵਾਜ਼ੇ ਹਰ ਵਕਤ ਖੁੱਲ੍ਹੇ ਨੇ, ਚੰਡੀਗੜ੍ਹ ਆਉਣ ਜਾਂ ਸਾਨੂੰ ਜਿੱਥੇ ਮਰਜ਼ੀ ਬੁਲਾਉਣ, ਅਸੀਂ ਇਹਨਾਂ ਦਾ ਦੁੱਖ ਦਰਦ ਜਿਹੜਾ ਉਹ ਇਹਨਾਂ ਦੇ ਨਾਲ ਬੈਠ ਕੇ ਵਿਚਾਰ ਕੇ ਔਰ ਉਹਨੂੰ ਮਾਸਟਰ ਪਲਾਨ 'ਚ ਲਿਆ ਕੇ ਕਿ ਕਿਵੇਂ ਕਿਸ ਤਰੀਕੇ ਨਾਲ ਉਹਦਾ ਹੱਲ ਕੀਤਾ ਜਾ ਸਕਦਾ, ਜਾਂ ਜਿੱਥੇ ਜਿੱਥੇ ਵੀ ਅੜਿੱਕਾ ਉਹ ਅੜਿੱਕੇ ਨੂੰ ਦੂਰ ਕਰਨ ਵਾਸਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਵਾਂਗੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਹੜੇ ਸਰਪ੍ਰਸਤ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਔਰ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਹ ਇਸ ਵਕਤ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਦੇ ਬੇਟੇ ਜਿਹੜੇ ਆ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਖਜ਼ਾਨਾ ਮੰਤਰੀ, ਉਹ ਸਿਟਿੰਗ MLA ਨੇ, ਔਰ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਮਸਲਾ ਸਾਰਾ ਜਿਹੜਾ ਇਹਨੂੰ ਆਪਾਂ ਚੰਗੇ ਢੰਗ ਨਾਲ ਕਰਾਂਗੇ। ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਤੁਸੀਂ ਇਹ ਦੇਖੋ ਕਿੰਨੇ ਬੇਕਿਰਕ ਲੋਕ ਨੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵਕੀਲਾਂ ਦਾ ਭਾਰੀ ਜਿਹੜਾ ਫੀਸ ਹੈ ਉਹ ਵੀ ਇਹਨਾਂ ਨੇ ਦਿੱਤੀ, ਫਿਰ 3 ਮੈਂਬਰੀ ਕਮੇਟੀ ਬਣੀ, ਫਿਰ ਇਹਨਾਂ ਦੇ ਨਾਲ ਵਾਅਦਾ ਕੀਤਾ ਗਿਆ, ਜਿਹੜੇ 4 ਅੰਕਾਂ ਦਾ ਮਸਲਾ ਸੀ ਉਸ ਦੇ ਉੱਤੇ ਵੀ ਇਹਨਾਂ ਨੇ ਉਹਨਾਂ ਨੂੰ ਆਪਣੀ ਦਲੀਲ ਦੇ ਨਾਲ ਸਾਰਾ ਕੁਝ ਸਮਝਾਇਆ, ਤੇ ਉਸ ਦੇ ਬਾਵਜੂਦ ESTET ਜਿਹੜਾ ਇਹ ਸਾਡਾ ਅਧਿਆਪਕ ਯੂਨੀਅਨ ਹੈ, ਜਿਹੜਾ ਟੈਸਟ ਹੈ ਉਹ ਟੈਸਟ ਨੂੰ ਵੀ ਇਹਨਾਂ ਨੇ ਪਾਸ ਕੀਤਾ, ਉਸ ਦੇ ਬਾਵਜੂਦ ਵੀ ਇਹਨਾਂ ਨੂੰ ਇਗਨੋਰ ਕਰਨਾ ਇਹ ਆਪਣੇ ਆਪ ਵਿੱਚ ਸਭ ਤੋਂ ਸ਼ਰਮਨਾਕ ਗੱਲ ਹੈ, ਔਰ ਇਸ ਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਔਰ ਮੰਗ ਕਰਦੇ ਹਾਂ
ਕਿ ਇਹ ਜਿਹੜੀ ਬੇਇਨਸਾਫੀ ਹੈ ਇਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਤੁਸੀਂ ਦੇਖੋ ਪੰਜਾਬ ਸਰਕਾਰ ਨੂੰ ਦੁਬਾਰਾ ਬਣਾਉਣ ਵਾਸਤੇ 2022 ਦੇ ਵਿੱਚ ਕਿੰਨੇ ਵੱਡੇ ਵਾਅਦੇ ਕੀਤੇ ਜਾਂਦੇ ਆ। ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਨੇ ਬੜੀ ਇੱਕ ਸਮਝੋ ਕਿ ਇੱਕ ਨੂੰ ਸਿੱਧੇ ਰੂਪ ਵਿੱਚ ਮਜ਼ਾਕ ਕਿਹਾ ਜਾ ਸਕਦਾ, ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਆਉਣ ਵਾਲੀ ਸਰਕਾਰ ਦੇ ਵਿੱਚ 3 ਰੁਪਏ ਪ੍ਰਤੀ ਯੂਨਿਟ ਜਿਹੜੀ ਬਿਜਲੀ ਕਰ ਦਿਆਂਗਾ, ਤੇ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਜਿਹੜੀ ਤਾਲਬੰਦੀ ਹੈ ਜਾਂ ਹੁਣ ਕਿਤੇ ਹੋਰ ਕਿਸੇ ਦੀ ਸਰਕਾਰ, ਹੁਣ ਵੀ ਭਾਈ ਤੁਹਾਡੀ ਸਰਕਾਰ ਹੈ, ਤੂੰ ਇਹਨਾਂ 6 ਮਹੀਨਿਆਂ ਦੇ ਵਿੱਚ ਕਿਉਂ ਨੀ ਕਰ ਸਕਿਆ। ਫਿਰ ਉਹਨਾਂ ਨੇ ਕਿਹਾ ਕਿ ਤੈਨੂੰ ਪਾਵਰ ਮਿਨਿਸਟਰ ਅਸੀਂ ਬਣਾ ਰਹੇ ਜਦੋਂ ਤੈਨੂੰ ਸਰਕਾਰ ਬਣਾ ਰਹੀ ਸੀ, ਭਾਵੇਂ ਕਿ ਤੈਨੂੰ ਅਹੁਦਾ ਪਸੰਦ ਨਹੀਂ ਸੀ ਪਰ ਲੋਕਾਂ ਦੇ ਭਲੇ ਲਈ ਇਹ ਤੈਨੂੰ ਇਹ ਅਹੁਦਾ ਸਵੀਕਾਰ ਕਰਨਾ ਚਾਹੀਦਾ ਸੀ। ਸੋ ਜਦੋਂ ਬੇਥਵੀਆਂ ਕੋਈ ਵੀ ਰਾਜਨੀਤਿਕ ਲੀਡਰ ਮਾਰਦਾ ਤਾਂ ਉਸ ਨੂੰ ਲੈ ਕੇ ਹਾਸੋਹੀਣੀ ਗੱਲ ਜਿਹੜੀ ਬਣ ਜਾਂਦੀ ਹੈ। ਪਰ ਫਿਰ ਵੀ ਮੈਂ ਮਹਿਸੂਸ ਕਰਦਾ ਕਿ ਅਜੇ ਵੀ ਆਸ ਰੱਖਦੇ ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ, ਕਿਉਂਕਿ ਜਿੰਨੇ ਉਹਨਾਂ ਨੇ ਵਾਅਦੇ ਕੀਤੇ 18 ਨਿਕਾਸੀ ਪ੍ਰੋਗਰਾਮ ਦਿੱਤਾ ਲਾ ਐਂਡ ਆਰਡਰ ਨੂੰ ਲੈ ਕੇ ਜਾਂ ਹੋਰ ਜਿਹੜੀ ਆਰਥਿਕ ਸਮੱਸਿਆ ਨੂੰ ਲੈ ਕੇ ਜਾਂ ਹੋਰ ਕਈ ਮਸਲੇ ਨੇ, ਤਾਂ ਉਹਦੇ ਵਿੱਚ ਅਸੀਂ ਅਜੇ ਵੀ ਆਸ ਰੱਖਦੇ ਹਾਂ ਕਿ ਸ਼ਾਇਦ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਕਿ ਅੱਜ ਜਿਹੜੀ ਇਹ ਸਰਕਾਰ ਦੀ ਬੇੜੀ ਡੁੱਬ ਰਹੀ ਹੈ ਸ਼ਾਇਦ ਇਸ ਦੇ ਵਿੱਚ ਕੋਈ ਨਾ ਕੋਈ ਹੱਲ ਨਿਕਲ ਸਕੇ। ਇਸ ਲਈ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਜਾ ਕੇ ਮੰਗ ਕੀ ਕਰ ਰਹੇ ਨੇ, ਉਹ ਦਿੱਲੀ ਗਏ ਕੱਲ ਅਮਿਤ ਸ਼ਾਹ ਨੂੰ ਮਿਲੇ ਔਰ ਅਲੱਗ ਅਲੱਗ ਮੰਤਰੀਆਂ ਨੂੰ ਮਿਲੇ ਤੇ ਕਹਿ ਰਹੇ ਨੇ ਕਿ 25 ਬਟਾਲੀਅਨਾਂ ਜਿਹੜੀਆਂ ਨੇ ਉਹ ਮੈਨੂੰ ਦੇ ਦਿੱਤੀਆਂ ਜਾਣ BSF ਦੀਆਂ। ਅਗਲੀ ਮੰਗ ਕੀਤੀ ਵੀ 5 ਕਿਸਾਨ ਆਗੂਆਂ ਨੂੰ ਜਿਹੜੀ ਇਹ ਉਹ ਕੇਂਦਰੀ ਸੁਰੱਖਿਆ ਬਲ ਦੀ ਸਿਕਿਉਰਿਟੀ ਦਿੱਤੀ ਜਾਵੇ। ਭਾਈ ਇਹ ਤੇਰਾ ਮਸਲਾ, ਪੰਜਾਬ ਸਰਕਾਰ ਦੇ ਲਈ ਉਹ ਪੈਕੇਜ ਕੀ ਮੰਗ ਰਿਹਾ, ਪੰਜਾਬ ਦੇ ਲੋਕਾਂ ਲਈ ਪੈਕੇਜ ਕੀ ਮੰਗ ਰਹੇ ਹੋ ਤੁਸੀਂ, ਕਿਉਂਕਿ ਪੰਜਾਬ ਅੱਜ ਆਰਥਿਕ ਤੌਰ ਤੇ ਲੁੱਟਿਆ ਕੁੱਟਿਆ ਤੇ ਮਾਰਿਆ ਜਾ ਰਿਹਾ, ਲੋਕ ਜਿਹੜੇ ਤਰਾਹ ਤਰਾਹ ਕਰ ਰਹੇ ਨੇ, ਲੋਕਾਂ ਦਾ ਕਿਵੇਂ ਭਲਾ ਹੋਵੇਗਾ, ਲੋਕ ਕਿਵੇਂ ਆਪਣਾ ਜੀਵਨ ਜਿਹੜਾ ਉਹ ਸੰਗਤ ਕਰ ਸਕਣਗੇ, ਨਾ ਇੱਥੇ ਕੋਈ ਲਾ ਐਂਡ ਆਰਡਰ ਹੈ, ਨਾ ਇੱਥੇ ਕੋਈ ਸਿਸਟਮ ਹੈ, ਤੇ ਪੁਲਿਸ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਹੈ ਕਿ ਉਹ ਕੋਈ ਵੀ ਫੈਸਲਾ ਆਪਣੇ ਪੱਧਰ ਤੇ ਨਹੀਂ ਕਰ ਸਕਦੇ। ਜੇ ਕੋਈ ਕਰਦੇ ਆ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਦਬਾਅ ਹੁੰਦਾ, ਜਿਸ ਕਰਕੇ ਪੁਲਿਸ ਕੋਲੋਂ ਬਹੁਤੇ ਕੰਮ ਗਲਤ ਹੋ ਜਾਂਦੇ ਆ। ਸੋ ਮੈਂ ਮਹਿਸੂਸ ਕਰਦਾ ਹਾਂ ਕਿ ਆ ਰੋਜ਼ ਹੀ ਵੇਖੀਦਾ ਤੇ ਕਿਵੇਂ ਜੇ ਕੋਈ ਮੁੱਖ ਮੰਤਰੀ ਦੇ ਦਫ਼ਤਰ ਦਾ ਜਾਂ ਰੈਜੀਡੈਂਸ ਦਾ ਆਪਣੇ ਕੋਈ ਭਰਾ ਘਰ ਭਰਾਓ ਕਰਨ ਆਉਂਦੇ ਆ ਤੇ ਉਹਨਾਂ ਨੂੰ ਡਾਂਗ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਕਟਾਪਾ ਚਾੜਿਆ ਜਾਂਦਾ। ਸੋ ਇਹ ਕਿਸ ਤਰ੍ਹਾਂ ਦੇ ਹਾਲਾਤ ਨੇ, ਇਹ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਹੋਈ ਸਰਕਾਰ, ਪਬਲਿਕ ਦੇ ਨੁਮਾਇੰਦੇ ਅੱਜ ਲੋਕਾਂ ਤੋਂ ਹੀ ਦੂਰ ਭੱਜ ਰਹੇ ਨੇ। ਤੇ ਸੋ ਸਿਰਜਲ ਸਾਹਿਬ ਇਹ ਬੜਾ ਇੱਕ ਦੁਖਦਾਈ ਪਹਿਲੂ ਹੈ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਮੈਂ ਵਿਸ਼ਵਾਸ ਚਾਹੁੰਦਾ ਕਿ ਅਸੀਂ ਤਨ ਮਨ ਧਨ ਦੇ ਨਾਲ ਇਹਨਾਂ ਬੀਬੀਆਂ ਭੈਣਾਂ ਦਾ ਪੂਰਾ ਸਹਿਯੋਗ ਦਾ ਦਿਆਂਗੇ। ਅਸੀਂ ਫਿਰ ਮੈਂ ਇੱਕ ਵਾਰ ਕਰਾਉਣਾ ਚਾਹੁੰਦਾ ਕਿ ਖੁੱਲਾ ਜੰਦਾ ਜਦੋਂ ਮਰਜ਼ੀ ਆਉਣ, ਅਸੀਂ ਇਹਨਾਂ ਦੇ ਸਹਿਯੋਗ ਦਾ ਦੇ ਵਿੱਚ ਪੂਰਾ ਆਪਣਾ ਯੋਗਦਾਨ ਪਾਵਾਂਗੇ। ਅੱਛਾ ਕਰਨੈਲ ਸਿੰਘ ਜੀ, ਇੱਕ ਚੀਜ਼ ਹੋਰ ਹੈ, ਜਿਸ ਤਰ੍ਹਾਂ ਤੁਸੀਂ ਸਾਬਕਾ ਖਜ਼ਾਨਾ ਮੰਤਰੀ ਦੀ ਗੱਲ ਕੀਤੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਆਇਆ ਕਿ ਇਹਨਾਂ ਦਾ ਮਾਮਲਾ ਵੀ ਜਿਹੜਾ ਸਿੱਖਿਆ ਵਿਭਾਗ ਹੈ ਉਹ ਕਹਿੰਦਾ ਕਿ ਜਦੋਂ ਹਾਈਕੋਰਟ ਦਾ ਹੁਕਮ ਇਹਨਾਂ ਦੇ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਆਉਂਦਾ ਕੁੜੀਆਂ ਦੇ, ਤਾਂ ਜਿਹੜਾ ਸਿੱਖਿਆ ਵਿਭਾਗ ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਰੱਖ ਹੀ ਨਹੀਂ ਸਕਦੇ, ਅਸੀਂ ਤਨਖਾਹ ਹੀ ਨਹੀਂ ਦੇ ਸਕਦੇ, ਜਦ ਫਾਈਨਾਂਸ ਅੰਦਰ ਜਿਹੜਾ ਪਿੱਛੇ ਤੋਂ ਲਾਗੂ ਹੋ ਜਾਵੇਗਾ, ਮਨਜ਼ੂਰੀ ਮਿਲ ਜਾਵੇਗੀ ਤਾਂ ਅਸੀਂ ਤੁਹਾਨੂੰ ਰੱਖ ਸਕਦੇ ਹਾਂ। ਇਸ ਤਰ੍ਹਾਂ ਦੀ ਟਿੱਪਣੀ ਆ ਜਿਹੜੀ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਹੈ। ਇੰਦਰਪਾਲ ਕੌਰ ਹੋਰਾਂ ਨੇ, ਜਿਹੜੇ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨੇ ਸਾਡੇ ਚੈਨਲ 'ਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਜੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਫਿਰ MLA ਤਨਖਾਹ ਕਿੱਥੋਂ ਲੈ ਰਹੇ ਨੇ, ਫਿਰ ਮੈਂਬਰ ਪਾਰਲੀਮੈਂਟ ਤਾਂ ਚਲੋ ਉਹ ਉੱਪਰ ਕੇਂਦਰ ਸਰਕਾਰ ਤੋਂ ਲੈਂਦੇ ਹੋਣਗੇ, ਫਿਰ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਉਹ ਕਿੱਥੋਂ ਤਨਖਾਹਾਂ ਲੈਂਦੇ ਆ, ਫਿਰ ਇਹਨਾਂ ਨੂੰ PA DA ਜਾਂ ਜਿਹੜੀਆਂ ਵਿਧਾਨ ਸਭਾ ਕਮੇਟੀਆਂ ਬਣੀਆਂ ਹੋਈਆਂ ਨੇ ਜਿੰਨੇ ਵੀ ਇਹ ਖਰਚੇ ਨੇ ਇਹ ਕਿੱਥੋਂ ਕਰ ਰਹੇ ਨੇ? ਨਵੀਆਂ ਗੱਡੀਆਂ ਹਰ ਸਾਲ ਇਹਨਾਂ ਨੂੰ ਦਿੱਤੀਆਂ ਜਾਂਦੀਆਂ, ਲਗਜ਼ਰੀ ਗੱਡੀਆਂ, ਔਰ ਇੱਕ ਗੱਡੀ ਦੀ ਕੀਮਤ 25-25 ਲੱਖ ਰੁਪਏ ਆ, ਉਹ ਕਿੱਥੋਂ ਆਉਂਦੀ ਹੈ? ਫਿਰ ਇਹ ਆਪਣੇ ਮੁਤਾਬਕ ਆਪਣੀ ਮਨਮਰਜ਼ੀ ਮੁਤਾਬਕ ਜਿਹੜੇ ਇੰਨੇ ਫੰਡ ਜਿਹੜੇ ਆ ਰੋਜ਼ ਮੁਹੱਈਆ ਕਰਦੇ ਨੇ ਔਰ ਆਪਣੀ ਜਿਹੜੀ ਹਲਕੇ ਦੇ ਵਿੱਚ ਪੈਂਟ ਬਣਾਉਣ ਵਾਸਤੇ ਜੋ ਇਹ ਕਹਿੰਦੇ ਨੇ ਵਿਕਾਸ ਦੇ ਨਾਂ ਦੇ ਉੱਤੇ ਇੰਨੀਆਂ ਵੱਡੀਆਂ ਗ੍ਰਾਂਟਾਂ, ਉਹ ਕਿੱਥੋਂ ਆਉਂਦੀਆਂ ਨੇ? ਕੀ ਜਿਹੜੇ ਅਧਿਆਪਕ ਨੇ ਇਹ ਕੋਈ ਇਹਨਾਂ ਦੀ ਜੇਬ ਦੇ ਵਿੱਚੋਂ ਪੈਸਾ ਲਾਉਣਾ ਚਾਹੁੰਦੇ ਨੇ? ਇਹਨਾਂ ਦਾ ਹੱਕ ਬਣਦਾ ਹੈ, ਉਹਨਾਂ ਨੇ ਬਕਾਇਦਾ ਪੜ੍ਹਾਈ ਕੀਤੀ ਉਹ ਚ ਸਿੱਖਿਆ ਲਈ ਔਰ ਹੁਣ ਅੱਗੇ ਉਹਨਾਂ ਨੇ ਉਹ ਚ ਸਿੱਖਿਆ ਦੇਣੀ ਹੈ। ਤੁਸੀਂ ਦੇਖੋ ਕਿੱਡਾ ਵੱਡਾ ਮਜ਼ਾਕ ਹੈ, ਆ ਕਰੋਨਾ ਦਾ ਕਹਿਰ ਚੱਲਿਆ, 2019-2020 ਦਾ ਸਮਾਂ ਹੁਣ 2021 ਆ ਗਿਆ, ਇਸ ਸਮੇਂ ਦਰਮਿਆਨ ਇਹ ਕਹਿੰਦੇ ਆ ਕਿ ਅਸੀਂ ਸਕੂਲਾਂ ਦਾ ਮਿਆਰ ਇੰਨਾ ਕੁ ਉੱਚਾ ਚੁੱਕ ਦਿੱਤਾ ਕਿ 99% ਜਿਹੜੇ ਮਾਰਕਸ ਵਾਲੇ ਬੱਚੇ ਜਿਹੜੇ ਆ ਉਹ ਅੱਗੇ ਆ ਰਹੇ ਨੇ, ਉਸ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ? ਸਕੂਲ ਤਾਂ ਬੰਦ ਰਹੇ ਨੇ, ਸਕੂਲਾਂ ਦੇ ਵਿੱਚ ਤਾਂ ਪਸ਼ੂ ਤੁਰੇ ਫਿਰਦੇ ਆ, ਔਰ ਦੂਸਰੇ ਪਾਸੇ ਜੇਕਰ
ਕੋਈ ਯੋਗਦਾਨ ਪਾਇਆ ਤੇ ਮਾਪਿਆਂ ਨੇ ਆਪਣੇ ਪੱਧਰ ਤੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ ਜਾਂ ਬੱਚਿਆਂ ਨੇ ਆਨਲਾਈਨ ਜੋ ਵੀ ਕਲਾਸਾਂ ਲੈ ਕੇ ਜਿਸ ਪੱਧਰ ਦੇ ਉੱਤੇ ਉਹ ਕੁਝ ਚੰਗਾ ਕਰ ਸਕਦੇ ਸੀ ਉਹਨਾਂ ਨੇ ਕੋਚਿੰਗ ਲਈ ਜਾਂ ਜੋ ਕੁਝ ਕੀਤਾ ਆਪਣੇ ਪੱਧਰ ਦੇ ਉੱਤੇ ਉਹਨਾਂ ਨੇ ਪੜ੍ਹਾਈ ਕੀਤੀ, ਲੇਕਿਨ ਉਹਦੇ ਵਿੱਚ ਇਹਨਾਂ ਦਾ ਸਰਕਾਰ ਦਾ ਕੀ ਯੋਗਦਾਨ ਹੈ? ਸੋ ਮੈਂ ਮਹਿਸੂਸ ਕਰਦਾ ਕਿ ਅੱਜ ਜਦੋਂ ਤੁਸੀਂ ਸਾਰਾ ਦਾਰੋ ਮਦਾਰ ਤੁਹਾਡਾ ਇਹਨਾਂ ਅਧਿਆਪਕਾਂ ਦੇ ਉੱਤੇ ਆ, ਕੋਈ ਵੀ ਅਧਿਆਪਕ ਲੈ ਲਓ, ਚਾਹੇ ਉਹ ETT ਅਧਿਆਪਕ ਨੇ, ਚਾਹੇ BED ਅਧਿਆਪਕ ਨੇ, ਚਾਹੇ ਦੂਸਰੇ ਅਲੱਗ ਅਲੱਗ ਜਿਹੜੇ ਵਿਸ਼ਿਆਂ ਦੇ ਅਧਿਆਪਕ ਨੇ, ਜਦੋਂ ਉਹਨਾਂ ਨੂੰ ਚੋਣਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਿੱਧਰ ਧਕੇਲ ਦਿੱਤਾ ਜਾਂਦਾ? ਉਹਨਾਂ ਨੂੰ ਕਹਿੰਦੇ ਕਿ ਤੁਸੀਂ ਵੋਟਾਂ ਬਣਾਓ, ਫਿਰ ਵੋਟਾਂ ਪਵਾਓ, ਫਿਰ ਵੋਟਾਂ ਦੀ ਗਿਣਤੀ ਕਰੋ, ਇਸ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮਹੀਨੇ ਉਹਨਾਂ ਦੇ ਖਰਾਬ ਕਰ ਦਿੱਤੇ ਜਾਂਦੇ ਆ ਤੇ ਫਿਰ ਵੀ ਉਹ ਧੰਨ ਨੇ। ਮੈਂ ਕਹਿੰਦਾ ਕਿ ਉਹਨਾਂ ਨੂੰ ਰੈਲੀਆਂ ਦੇ ਉੱਤੇ ਬੁਲਾਉਂਦੇ ਨੇ, ਉਹਨਾਂ ਨੂੰ ਉਹਨਾਂ ਦੀ ਕਿੰਨੀ ਆਵਾਜਾਈ ਹੋ ਰਹੀ ਹੈ। ਹੁਣ ਇਹ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ, ਇਹ ਵਿਚਾਰੇ ਕਿਸ ਤਰੀਕੇ ਦੇ ਨਾਲ ਕਿਹੜੀ ਹੋਪ ਲੈ ਕੇ ਆਉਂਦੇ ਨੇ, ਔਰ ਉਹਨਾਂ ਦੇ ਉਹ ਕਿੱਥੋਂ ਪ੍ਰਬੰਧ ਕਰਦੇ ਹੋਣਗੇ, ਕਿਵੇਂ ਉਹ ਕਿਰਾਏ ਖਰਚਦੇ ਹੋਣਗੇ, ਕਿਸ ਤਰੀਕੇ ਦੇ ਨਾਲ ਆਪਣੇ ਘਰ ਨੂੰ ਚਲਾਉਂਦੇ ਹੋਣਗੇ। ਤੁਸੀਂ ਦੇਖੋ ਹਰ ਮਨੁੱਖ ਦਾ ਇੱਕ ਬਜਟ ਹੈ, ਬਜਟ ਤੋਂ ਮਾੜਾ ਜਿਹਾ ਵੀ ਬਾਹਰ ਚਲਾ ਜਾਵੇ ਤੇ ਉਹਨੀਆਂ ਗੋਡਣੀਆਂ ਲੱਗ ਜਾਂਦੀਆਂ ਆਰਥਿਕ ਤੌਰ ਤੇ। ਲੇਕਿਨ ਇਹ ਅਧਿਆਪਕ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਜਿਹੜੇ ਇੰਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, 2011 ਦਾ ਸਮਾਂ ਹੀ ਤੁਸੀਂ ਦੇਖ ਲਓ, ਉਹ ਪਹਿਲਾਂ ਵੀ ਕੋਰਸ ਕਰਦੇ ਰਹੇ, ਲੇਕਿਨ 2011 ਤੋਂ ਲੈ ਕੇ ਤੇ ਅੱਜ 2021 ਆ ਗਿਆ, 10 ਸਾਲ ਇੱਕ ਸਫ਼ਰ ਕਰਨਾ ਤੇ ਨੌਕਰੀਆਂ ਵਾਸਤੇ, ਇਸ ਤੋਂ ਵੱਡੀ ਮੈਂ ਕਹਿੰਦਾ ਕਿ ਲਾਹਨਤ ਕੀ ਪਾਈ ਜਾ ਸਕਦੀ ਹੈ ਇਹਨਾਂ ਦੇ ਮੌਜੂਦਾ ਸਿਸਟਮ ਨੂੰ, ਕਿ ਤੁਸੀਂ ਏਡਾ ਵੱਡਾ ਧਰੋਹ ਕਰ ਰਹੇ ਹੋ, ਚਾਹੇ ਪਹਿਲੀ ਸਰਕਾਰ ਹੋਵੇ ਅਕਾਲੀ ਦਲ ਦੀ ਹੋਵੇ, ਚਾਹੇ ਹੋਣ ਵਾਲੀ ਸਰਕਾਰ ਹੋਵੇ, ਤੇ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦਾ ਮਾਹੌਲ ਇਹਨਾਂ ਨੇ ਬਣਾਇਆ ਹੋਇਆ। ਜਿਹੜਾ ਬੰਦਾ ਮੈਂਟਲੀ ਪ੍ਰਪੇਅਰਡ ਨਹੀਂ ਗਾ, ਜਿਹਨੂੰ ਹਰ ਵਕਤ ਆਪਣੇ ਰੁਜ਼ਗਾਰ ਦਾ ਹੀ ਫਿਕਰ ਰਹੇਗਾ, ਉਹ ਸਮਾਜ ਦੀ ਕਿਵੇਂ ਸਿਰਜਣਾ ਕਰ ਸਕਦੇ ਆ, ਸਮਾਜ ਦਾ ਕਿਵੇਂ ਚੰਗਾ ਕੁਝ ਕਰ ਸਕਦੇ ਆ, ਜਾਂ ਉਹ ਕੀ ਯੋਗਦਾਨ ਪਾ ਸਕਦੇ ਆ। ਸੋ ਇਹ ਤਾਂ ਇੱਕ ਬਹੁਤ ਹੀ ਮੈਂ ਸਮਝਦਾ ਕਿ ਇੱਕ ਏਡਾ ਵੱਡਾ ਇੱਕ ਗੁਨਾਹ ਕੀਤਾ ਜਾ ਰਿਹਾ ਸਰਕਾਰ ਵੱਲੋਂ, ਜਿਹੜਾ ਕਿ ਨਾ ਬਰਦਾਸ਼ਤ ਕਰਨ ਯੋਗ। ਅੱਛਾ, ਇੱਕ ਹੋਰ ਚੀਜ਼ ਹੈ ਜੀ, ਜਿਹੜੇ ਰੈਗੂਲਰ ਪ੍ਰੋਫੈਸਰ ਨੇ ਉਹਨਾਂ ਦੀਆਂ 25 ਸਾਲਾਂ ਤੋਂ ਜਿਹੜੀਆਂ ਭਰਤੀਆਂ ਨਹੀਂ ਖੁੱਲੀਆਂ, ਅਤੇ ਪੰਜਾਬ ਦੇ ਵਿੱਚ ਹੁਣ ਜਿਹੜਾ ਸਰਕਾਰੀ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਮੁਤਾਬਕ ਇਸ ਟਾਈਮ 47 ਕਾਲਜ ਨੇ, ਪਹਿਲਾਂ 48 ਹੁੰਦੇ ਸੀ, ਹੁਣ ਇੱਕ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਪੁਰਦ ਕਰ ਦਿੱਤਾ ਗਿਆ ਜੰਡਿਆਲੇ ਵਾਲਾ, ਅਤੇ ਪਰ ਹੁਣ ਜਿਹੜੇ 48 ਕਾਲਜ ਨੇ ਅਤੇ ਪੰਜਾਬੀ ਮਾਤ ਭਾਸ਼ਾ ਜਿਸ ਦਾ ਬਹੁਤ ਵੱਡੇ ਪੱਧਰ 'ਤੇ ਕਿਹਾ ਜਾਂਦਾ ਕਿ ਅਸੀਂ ਖਿਆਲ ਰੱਖਾਂਗੇ, ਵੱਖ ਵੱਖ ਸਕੀਮਾਂ ਵੀ ਪੰਜਾਬੀ ਦੀ ਸੇਵਾ ਲਈ ਬਣਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ, ਪਰ 48 ਕਾਲਜ ਨੇ, 18 ਪ੍ਰੋਫੈਸਰ ਨੇ ਜਿਹੜੇ ਰੈਗੂਲਰ, ਉਹ ਨੇ ਪੰਜਾਬੀ ਦੇ ਸਿਰਫ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਕਾਲਜ ਨੂੰ ਜਦ ਇੱਕ ਵੀ ਕਾਲਜ ਨਹੀਂ ਆਉਂਦਾ, ਜਦਕਿ ਇੱਕ ਪੰਜਾਬੀ ਵਿਸ਼ੇ ਨੂੰ ਪੜ੍ਹਾਉਣ ਦੇ ਲਈ 4 ਪ੍ਰੋਫੈਸਰਾਂ ਦੀ ਇੱਕ ਕਾਲਜ ਦੇ ਵਿੱਚ ਲੋੜ ਪੈਂਦੀ ਹੈ ਜੀ? ਦੇਖੋ ਸ਼ੇਰਗਲ ਸਾਹਿਬ, ਇਹ ਪੰਜਾਬ ਨੂੰ ਅਨਪੜ੍ਹ ਬਣਾਉਣਾ ਚਾਹੁੰਦੇ ਆ, ਇਹ ਪੰਜਾਬ ਨੂੰ ਇਸ ਤਰੀਕੇ ਦਾ ਬਣਾਉਣਾ ਚਾਹੁੰਦੇ ਆ ਕਿ ਕੋਈ ਵੀ ਖੇਤਰ ਜਿਹੜਾ ਹੋਵੇ ਉਹਦੇ ਵਿੱਚ ਪੰਜਾਬ ਨੂੰ ਪਿਛਲੱਗ ਬਣਾ ਦਿੱਤਾ ਜਾਵੇ। ਇਹੋ ਹੀ ਕਾਰਨ ਹੈ ਕਿ ਸਾਡੀ ਪੜ੍ਹਾਈ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਔਰ ਬੇਰੁਜ਼ਗਾਰੀ ਦਾ ਆਲਮ ਦਿਨੋਂ ਦਿਨ ਵੱਧਦਾ ਜਾ ਰਿਹਾ। ਤੁਸੀਂ ਮੈਨੂੰ ਇਹ ਦੱਸੋ ਕਿ ਇਹ, ਮੈਂ ਤਾਂ ਗੱਲ ਕਹਿੰਦਾ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਸਾਡੇ ਕੋਲ ਜਿੰਨੀਆਂ ਆਸਾਮੀਆਂ ਹੋਣ ਅਸੀਂ ਓਨੇ ਹੀ ਲੋਕਾਂ ਨੂੰ ਉਸ ਟ੍ਰੇਨਿੰਗ ਸਾਨੂੰ ਦਿੱਤੀ ਜਾਵੇ ਜਾਂ ਇੱਕ ਜਾਂ ਦੋ ਹਿੱਸੇ ਵੱਧ। ਲੇਕਿਨ ਇੱਥੇ ਕੀ ਹੁੰਦਾ ਕਿ ਆ ਪਟਵਾਰੀਆਂ ਦਾ ਟੈਸਟ ਹੋਇਆ, ਤਕਰੀਬਨ 2 ਲੱਖ ਲੋਕਾਂ ਨੇ, ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਉਹਦਾ ਇਮਤਿਹਾਨ ਦਿੱਤਾ, ਰੱਖਣੇ ਕਿੰਨੇ ਆ 1200, ਉਹਦੇ ਵਿੱਚ ਵੀ ਕਈ ਕੈਟੇਗਰੀਆਂ ਦੇ ਵਿੱਚ ਆ ਕੇ ਤੇ ਉਹ ਜਿਹੜੀ ਭਰਤੀ ਹੋਣੀ। ਲੇਕਿਨ 2 ਲੱਖ ਤੋਂ ਵੱਧ ਜਿਹੜੇ ਵਿਦਿਆਰਥੀ ਨੇ, ਕੈਂਡੀਡੇਟ ਨੇ, ਉਹਨਾਂ ਦੇ ਕੋਲੋਂ ਮੋਟੀ ਜਿਹੜੀ ਫੀਸ ਲੈ ਲਈ ਗਈ। ਔਰ ਅੱਜ ਇੱਕ ਖ਼ਬਰ ਮੈਂ ਪੜ੍ਹ ਰਿਹਾ ਸੀ ਜਿਹਦੇ ਵਿੱਚ ਕਿ ਸਰਕਾਰ ਤਾਂ ਕਰੋੜਾਪਤੀ ਹੋ ਗਈ, ਲੇਕਿਨ ਜਿਹਨਾਂ ਨੇ ਇਹ ਲੈਣੀ ਹੈ ਨੌਕਰੀ, ਉਹਨਾਂ ਨੂੰ ਅਜੇ ਪਤਾ ਨੀ ਲੱਗ ਉਹਨਾਂ ਦਾ ਕੀ ਬਣੇਗਾ। ਸੋ ਮੈਂ ਮਹਿਸੂਸ ਕਰਦਾ ਕਿ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਸ਼ਰਮਨਾਕ ਗੱਲ ਹੈ। ਇੱਕ ਕੁੱਤੇ ਝਾਗ ਜਿਹੜੀ ਦੇ ਦਿੱਤੀ ਜਾਂਦੀ ਹੈ ਇਹਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈਗੀ ਹੈ, ਜਾਂ ਅਗਲੇ ਨੂੰ ਪਤਾ ਹੋਵੇ ਵੀ ਅਗਲਾ 10 ਸਾਲ ਇਹਨਾਂ ਦੇ ਮੂੰਹ ਵੱਲ ਵੇਖ ਰਿਹਾ, ਇਸ ਸਮੇਂ ਦਰਮਿਆਨ ਅਗਲਾ ਆਪਣੇ ਆਪ ਨੂੰ ਸੈਟਲ ਕਰ ਸਕਦਾ ਕਿਸੇ ਹੋਰ ਜਗ੍ਹਾ ਦੇ ਉੱਤੇ, ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਇਹਨਾਂ ਨੇ ਸਾਨੂੰ ਇਹ ਹੀ ਕਰਨਾ। ਇਹ ਨਾਲ ਇਹ ਵੀ ਕਹਿੰਦੇ ਰਹਿੰਦੇ ਤੁਹਾਡੀਆਂ ਨੌਕਰੀਆਂ ਤਾਂ ਕਰਾਂਗੇ, ਜਦੋਂ ਚੋਣਾਂ ਆਉਂਦੀਆਂ ਉਦੋਂ ਵਾਅਦੇ ਕਰ ਲਏ ਜਾਂਦੇ ਆ ਕਿ ਘਰ ਘਰ ਭਰਤੀ, ਘਰ ਘਰ ਰੁਜ਼ਗਾਰ, ਤੇ ਕੈਪਟਨ ਵਿਦ ਟੀ, ਕੈਪਟਨ ਵਿਦ ਕੌਫੀ, ਇਹੋ ਜਿਹੇ ਪ੍ਰਸ਼ਾਂਤ ਕਿਸ਼ੋਰ ਦੇ ਜਿਹੜੇ ਨਾਅਰੇ ਨੇ ਉਹ ਇਹਨਾਂ ਨੇ ਲਾ ਕੇ ਲੋਕਾਂ ਨੂੰ ਆਪਣੇ ਵੱਲ ਕਰਕੇ
ਔਰ ਵੋਟਾਂ ਬਟੋਰ ਲਈਆਂ, ਲੇਕਿਨ ਉਸ ਤੋਂ ਬਾਅਦ ਕੁਝ ਵੀ ਨੀ ਹੋ ਰਿਹਾ। ਇਹ ਆਪਣੇ ਆਪ ਵਿੱਚ ਸਭ ਤੋਂ ਚੜਬਣਾ ਗੱਲ ਹੈ। ਹੁਣ ਵੀ ਤੁਸੀਂ ਦੇਖੋ ਕਿੰਨੀ ਫੌੜ ਲੱਗੀ ਹੋਈ ਹੈ ਕਿ ਆਪਣੇ ਹਰ ਪਾਰਟੀ ਜਿਹੜੀ ਹੈ ਉਹ ਲੋਕ ਲੁਭਾਣੇ ਜਿਹੜੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਨੇ ਔਰ ਲੋਕਾਂ ਨੂੰ ਇਸ ਗੱਲ ਦੇ ਵਿੱਚ ਜਾਲ ਚ ਫਸਾਉਣਾ ਚਾਹੁੰਦੇ। ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ, ਤੁਸੀਂ ਪਿੱਛੇ ਦਿਨ ਵੇਖਿਆ ਫਗਵਾੜਾ ਦੇ ਵਿੱਚ ਕਹਿੰਦੇ ਜੀ ਇੱਕ ਸੇਲ ਲੱਗਣੀ ਹੈ, ਜਿਹੜਾ 5000 ਦਾ ਸੂਟ ਹੈ ਉਹ 500 ਦੇ ਵਿੱਚ ਦਿੱਤਾ ਜਾਵੇਗਾ, ਤੇ ਉੱਥੇ ਹਜ਼ਾਰਾਂ ਬੀਬੀਆਂ ਸਾਡੀਆਂ ਜਿਹੜੀਆਂ ਨੇ ਉਹ ਤੜਕੇ 3 ਵਜੇ ਹੀ ਉੱਥੇ ਪਹੁੰਚ ਗਈਆਂ। ਸੋ ਇਹ ਸਾਨੂੰ ਲੋਕ ਲੁਭਾਉਣੇ ਆ ਗੱਲਾਂ ਕਰਕੇ, ਜਿਵੇਂ ਲੁੱਟਿਆ ਕੁੱਟਿਆ ਤੇ ਮਾਰਿਆ ਜਾ ਰਿਹਾ, ਸਾਨੂੰ ਵੀ ਇਹਨਾਂ ਦੇ ਜਾਲ ਵਿੱਚੋਂ ਨਿਕਲਣਾ ਚਾਹੀਦਾ ਹੈ। ਤਾਂ ਚੂਹੇ ਵਾਲੀ ਖੇਡ ਤੇ ਉਹ ਖੇਡੀ ਜਾ ਰਹੀ ਹੈ ਕਿ ਉਹ ਚਟਿਕਣੀ ਦੇ ਵਿੱਚ ਜਿਵੇਂ ਅੰਦਰ ਇਹ ਬੈਠੇ ਨੇ ਰਾਜਨੀਤਿਕ ਲੋਕ, ਔਰ ਇਹ ਨਿੱਕੀ ਜੀ ਇੱਕ ਸਾਨੂੰ ਬੁਰਕੀ ਸੁੱਟ ਦਿੰਦੇ ਆ, ਉਹ ਵੀ ਲਾ ਕੇ ਜਦੋਂ ਅੰਦਰ ਵਾਸ ਲਿਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਤੜਫਦਾ ਰਹਿੰਦਾ। ਉਹੀ ਹਾਲਾਤ ਇਹਨਾਂ ਨੇ ਸਾਡੇ ਬਣਾ ਦਿੱਤੇ ਆ ਕਿ ਅੱਜ ਭਾਵੇਂ ਕਿ ਮੈਂ ਵੀ ਉਸੇ ਸਿਸਟਮ ਦਾ ਇੱਕ ਹਿੱਸਾ, ਪਰ ਮੈਂ ਮਹਿਸੂਸ ਕਰਦਾ ਕਿ ਇਸ ਪੱਧਰ ਦੀ ਜਿਹੜੀ ਨੀਵੀਂ ਸਿਆਸਤ ਜਾਂ ਇਸ ਪੱਧਰ ਦਾ ਜਿਹੜਾ ਪਰਮਜਾਲ ਬਣਾ ਕੇ ਸਾਡੇ ਚੰਗੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ, ਇਸ ਤੋਂ ਵੱਡਾ ਮਹਾਂਪਾਪ ਕੋਈ ਨਹੀਂ ਹੋ ਸਕਦਾ। ਅੱਛਾ ਕਰਨੈਲ ਸਿੰਘ, ਪੀਰ ਮੁਹੰਮਦ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਬਹੁਤ ਵੱਡਾ ਪਾਪ ਹੈ, ਪਰ ਜਿੱਥੇ ਰੈਗੂਲਰ ਪ੍ਰੋਫੈਸਰਾਂ ਦੀਆਂ 25 ਸਾਲਾਂ ਤੋਂ ਜਿਹੜੀ ਭਰਤੀ ਨਹੀਂ ਹੋਈ, ਅਤੇ ਦੂਸਰੇ ਪਾਸੇ ਜਿਹੜੇ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਨਵੇਂ ਕਾਲਜ ਬਣਾ ਰਹੇ ਹਾਂ ਅਤੇ ਕੁਝ ਯੂਨੀਵਰਸਿਟੀਆਂ ਦੀ ਵੀ ਤਜਵੀਜ਼ ਹੈ, ਅਤੇ ਕਰੀਬ ਕਰੀਬ 12 ਨਵੇਂ ਕਾਲਜ ਬਣਾਉਣ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਹੈ, ਅਤੇ ਦੂਸਰੇ ਪਾਸੇ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹ ਡੁੱਬਣ ਦੇ ਕਿਨਾਰੇ ਆ, ਜਦ ਉਹ ਮਾਤ ਭਾਸ਼ਾ ਅਤੇ ਪੰਜਾਬੀ ਦੇ ਨਾਂ 'ਤੇ ਜਿਹੜੀ ਪੰਜਾਬੀ ਯੂਨੀਵਰਸਿਟੀ ਬਣੀ ਹੈ, ਅਤੇ ਦੋਵੇਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਕਹਿ ਰਹੇ ਨੇ ਕਿ ਨਵੇਂ ਸਰਕਾਰ ਜਿਹੜੇ ਕਾਲਜ ਨੇ ਉਹ ਬਣਾਏ ਜਾਣਗੇ, ਅਤੇ ਦੂਸਰੇ ਪਾਸੇ ਇੱਕ ਜਿਹੜੀ ਸਥਾਪਿਤ ਯੂਨੀਵਰਸਿਟੀ ਆ ਉਹ ਮਰਨ ਦੇ ਕਿਨਾਰੇ ਆ, ਤੁਸੀਂ ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸਾਡੇ ਕੋਲ ਜਿਹੜੀਆਂ ਟ੍ਰੈਡੀਸ਼ਨਲ ਜਿਹੜੀਆਂ ਪੁਰਾਣੀਆਂ ਸਾਡੀਆਂ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ, ਔਰ ਇਸੇ ਤਰ੍ਹਾਂ ਸਾਡੇ ਕੋਲ 2-3 ਹੋਰ ਯੂਨੀਵਰਸਿਟੀਆਂ ਨੇ, ਲੇਕਿਨ ਸਰਕਾਰ ਕੋਲ ਇਹ ਤਾਂ ਸੰਭਾਲੀਆਂ ਨੀ ਗਈਆਂ। ਤੁਸੀਂ ਇਹ ਦੇਖੋ ਕਿੱਡੀ ਸ਼ਰਮਨਾਕ ਗੱਲ ਏ ਕਿ ਇਹਨਾਂ ਦਾ ਤਾਂ ਚੰਗੇ ਢੰਗ ਨਾਲ ਪ੍ਰਬੰਧ ਨੀ ਕੀਤਾ ਗਿਆ, ਲੇਕਿਨ ਚੰਡੀਗੜ੍ਹ ਦੇ ਆਲੇ ਦੁਆਲੇ ਘੱਟੋ ਘੱਟ 10 ਇਹੋ ਜਿਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਣ ਗਈਆਂ, ਉਹ ਕਿਵੇਂ ਚੱਲ ਰਹੀਆਂ ਨੇ? ਕਦੀ ਉੱਥੇ ਤੁਸੀਂ ਦੇਖਿਆ ਕੋਈ ਲੜਾਈ ਝਗੜਾ ਹੋਇਆ ਹੋਵੇ? ਕਦੀ ਉੱਥੇ ਤੁਸੀਂ ਗੈਂਗਵਾਰ ਦੇਖੀ ਹੈ? ਕਦੀ ਉੱਥੇ ਤੁਸੀਂ ਕੋਈ ਇਹੋ ਜਿਹਾ ਯੂਨੀਅਨ ਵੱਲੋਂ ਕੋਈ ਸਟ੍ਰਾਈਕ ਵੇਖੀ ਹੈ? ਲੇਕਿਨ ਇਹਨਾਂ ਯੂਨੀਵਰਸਿਟੀਆਂ ਨੂੰ ਇਹਨਾਂ ਨੇ ਸਿਆਸਤ ਦਾ ਅਖਾੜਾ ਬਣਾ ਕੇ ਇੱਥੇ ਸਾਨੂੰ ਆਪਸ ਵਿੱਚ, ਇੱਥੇ ਤੁਸੀਂ ਦੇਖੋ ਗੈਂਗਸਟਰ ਕਲਚਰ ਜਿਹੜਾ ਅੱਜ ਨਿਕਲ ਰਿਹਾ ਉਹ ਕਿੱਥੋਂ ਨਿਕਲ ਰਿਹਾ? ਕਿਉਂਕਿ ਸਾਡੇ ਬੱਚਿਆਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ, ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਤਾਂ ਉਹਨਾਂ ਦਾ ਧਿਆਨ ਹੀ ਨੀ ਲਗਾਇਆ ਜਾ ਰਿਹਾ, ਉਹਨਾਂ ਨੂੰ ਹੋਰ ਪਾਸੇ ਹੋਰ ਚੱਕਰਾਂ ਦੇ ਵਿੱਚ ਚੱਕਰ ਵਿਊ ਦੇ ਵਿੱਚ ਪਾ ਕੇ ਉਹਨਾਂ ਦਾ ਜੀਵਨ ਬਰਬਾਦ ਕੀਤਾ ਜਾ ਰਿਹਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਇਨਵੈਸਟੀਗੇਸ਼ਨ ਹੋਵੇ ਇਸ ਗੱਲ ਦੀ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਣਾਈਆਂ ਗਈਆਂ ਹੈ ਤੇ ਜਿਹੜੀ ਸਰਕਾਰੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਅੰਤਰ ਕਿਵੇਂ ਬਣ ਗਿਆ ਇੰਨਾ, ਕਿ ਜਿਹੜੀਆਂ ਤਾਂ ਸਰਕਾਰੀ ਯੂਨੀਵਰਸਿਟੀਆਂ ਨੇ ਜਿੱਥੇ ਲੱਖਾਂ ਦੇ ਹਿਸਾਬ ਨਾਲ ਜਿਹੜੀ ਇੱਕ ਇੱਕ ਅਧਿਆਪਕ ਪ੍ਰੋਫੈਸਰ ਦੀ ਜਿਹੜੀ ਫੀਸ ਹੈ ਉਹ ਤਾਂ ਦੇਖੋ ਯੂਨੀਵਰਸਿਟੀਆਂ ਚੱਲ ਨਹੀਂ ਰਹੀਆਂ, ਉੱਥੋਂ ਦਾ ਸਟਰਕਚਰ ਸਾਰਾ ਹਿੱਲਿਆ ਪਿਆ, ਲੇਕਿਨ ਪ੍ਰਾਈਵੇਟ ਯੂਨੀਵਰਸਿਟੀਆਂ ਜਿੱਥੇ 20-25 ਹਜ਼ਾਰ ਰੁਪਇਆ ਪ੍ਰੋਫੈਸਰ ਨੂੰ ਤਨਖਾਹ ਦਿੱਤੀ ਜਾਂਦੀ ਹੈ, ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਹਜ਼ਾਰਾਂ ਨੌਜਵਾਨ ਜਿਹੜੇ ਆ ਉਹ ਵਿਦਿਆਰਥੀ ਜਿਹੜੇ ਉਹ ਪੜ੍ਹ ਰਹੇ ਨੇ, ਲੇਕਿਨ ਉਹ ਪੜ੍ਹ ਕੇ ਜਿਹੜੀਆਂ ਡਿਗਰੀਆਂ ਡਿਪਲੋਮੇ ਹਾਸਲ ਕਰ ਰਹੇ ਨੇ ਉਹਨਾਂ ਦਾ ਬਣ ਕੀ ਰਿਹਾ? ਇਹ ਪੰਜਾਬ ਸਰਕਾਰ ਨੂੰ ਜਾਂ ਸਾਡੇ ਲੋਕਾਂ ਨੂੰ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਸਾਡੇ ਬੱਚੇ ਪੜ੍ਹ ਕੇ ਜੋ ਡਿਗਰੀਆਂ ਡਿਪਲੋਮੇ ਲੈ ਰਹੇ ਨੇ ਉਹਨਾਂ ਦਾ ਅੱਗੇ ਜਾ ਕੇ ਬਣ ਕੀ ਰਿਹਾ? ਕੀ ਉਹ ਕਿਤੇ ਸੈਟਲ ਹੋ ਰਹੇ ਨੇ? ਕੀ ਉਹ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਧੱਕੇ ਖਾ ਕੇ ਫਿਰ ਉਹਨਾਂ ਨੂੰ ਆਖਰ ਵਿਦੇਸ਼ਾਂ ਵੱਲ ਭੱਜਣਾ ਪੈਂਦਾ? ਇਹ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ। ਅੱਛਾ ਜੀ ਕਰਨੈਲ ਸਿੰਘ ਜੀ, ਇੱਕ ਚੀਜ਼ ਹੋਰ ਹੈ ਜਿਸ ਦੇ ਵਿੱਚ ਜਿਹੜੀ ਉੱਚ ਪੱਧਰੀ ਸਿੱਖਿਆ ਉਹਦੇ ਵਿੱਚ ਅਵਿਸ਼ਵਾਸ ਦਾ ਜਿਹੜੀ ਧਾਰਨਾ ਉਹ ਬਣਦੀ ਜਾ ਰਹੀ ਹੈ, ਕਿਉਂਕਿ ਜਿਹੜੇ PhD ਨੈੱਟ UGC ਪਾਸ ਕਰਕੇ ਵੀ ਜਿਹੜੇ ਸਟੂਡੈਂਟਸ ਨੇ ਉਹ ਵਿਹਲੇ ਫਿਰਦੇ ਆ, ਅਤੇ ਬੇਭਰੋਸਗੀ ਹੈ ਜਿਹੜੀ ਉਹ ਉੱਚ ਪੱਧਰੀ ਸਿੱਖਿਆ ਦੇ ਵਿੱਚ ਪੈਦਾ ਹੋ ਰਹੀ ਹੈ, ਅਤੇ ਦੂਸਰੇ ਪਾਸੇ ਜਿਹੜੇ ਸਟੂਡੈਂਟਸ ਦੀ ਸਰਕਾਰੀ ਕਾਲਜਾਂ ਦੇ ਵਿੱਚ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ, ਦੋਵੇਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਦੇਖੋ ਇੱਕ ਕੋਈ ਵਿਜ਼ਨ ਹੀ ਨਹੀਂ ਹੈਗਾ ਸਰਕਾਰ ਦਾ ਇਸ ਪਾਸੇ ਵੱਲ, ਕਿਸੇ ਵੀ ਸਰਕਾਰ ਦਾ, ਨਾ ਪਹਿਲੀ ਦਾ ਨਾ ਹੁਣ ਦਾ, ਕੋਈ ਧਿਆਨ ਹੀ ਹੈਗਾ। ਧਿਆਨ ਕੌਣ ਦੇਗਾ? ਕਿਉਂਕਿ ਇਹਨਾਂ ਨੇ ਵਿੱਦਿਆ ਦਾ ਵੀ ਵਪਾਰੀਕਰਨ ਕਰਤਾ, ਜਿਵੇਂ ਆਪਾਂ ਕਹਿੰਦੇ ਨਾ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਉਵੇਂ ਐਜੂਕੇਸ਼ਨਲ ਮਾਫੀਆ ਜਿਹੜਾ ਉਹ ਇੱਕ ਬਣ ਚੁੱਕਾ।
ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਬੜੇ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਆ ਤੇ ਮੈਂ ਆਪ ਜੀ ਨੂੰ ਅਖੀਰ ਦੇ ਵਿੱਚ ਇਹੋ ਹੀ ਬੇਨਤੀ ਕਰਾਂਗਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਅਸੀਂ ਇਹਨਾਂ ਅਧਿਆਪਕਾਂ ਨੂੰ ਚਾਹੇ ਅਧਿਆਪਕ ਮਰਦ ਹੋਣ ਚਾਹੇ ਸਾਡੀਆਂ ਔਰਤ ਬੀਬੀਆਂ ਭੈਣਾਂ ਨੇ, ਅਸੀਂ ਇਹਨਾਂ ਦਾ ਪੂਰਾ ਸਾਥ ਦੇਣ ਲਈ ਹਰ ਤਰ੍ਹਾਂ ਡਟ ਕੇ ਤਨ ਮਨ ਧਨ ਦੇ ਨਾਲ ਸਹਿਯੋਗ ਸਾਥ ਦਿਆਂਗੇ ਜਦੋਂ ਮਰਜ਼ੀ ਸਾਡੇ ਨਾਲ ਮੀਟਿੰਗ ਕਰਨ ਔਰ ਉਹਦੇ ਵਿੱਚ ਜੋ ਇਹਨਾਂ ਨੂੰ ਦਰਪੇਸ਼ ਮੁਸ਼ਕਲਾਂ ਆ ਰਹੀਆਂ ਨੇ, ਨੌਕਰੀ ਦੇ ਜਿਹੜੇ ਲਾਰੇ ਲਾਏ ਜਾ ਰਹੇ ਆ ਉਹਨੂੰ ਇੰਪਲੀਮੈਂਟ ਕਿਉਂ ਨੀ ਕੀਤਾ ਜਾ ਰਿਹਾ, ਉਹ ਆਪਣੇ ਪੁਆਇੰਟ ਤਿਆਰ ਕਰਨ, ਅਸੀਂ ਇਹਨਾਂ ਦਾ ਸਾਰਾ ਮਸਲਾ ਜਿਹੜਾ ਅੱਗੇ, ਕਿਉਂਕਿ ਮੈਂ ਪਹਿਲਾਂ ਦੱਸਣਾ ਚਾਹੁੰਦਾ ਜਸਵਿੰਦਰ ਸਿੰਘ ਸਿੱਧੂ ਜਿਹੜੇ ETT ਯੂਨੀਅਨ ਦੇ ਪ੍ਰਧਾਨ ਸਨ ਉਹ ਮੇਰੇ ਨਜ਼ਦੀਕੀ ਸਨ, ਮੇਰੇ ਇਲਾਕੇ ਦੇ ਸਨ, ਮੇਰਾ ਪਿੰਡ ਪੀਰ ਮੁਹੰਮਦ ਉਹਨਾਂ ਦਾ ਕੋਟ ਇੱਥੇ ਕਾ ਸੀ, ਉਹਨਾਂ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਨਾਲ ਰਣਜੀਤ ਸਿੰਘ ਬਾਠਸਨ ਤਰਨ ਤਾਰਨ ਤੋਂ ਜਿਹੜੇ ਹੁਣ ਪ੍ਰੈਜੈਂਟ ਉਹਨਾਂ ਦੇ ETT ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਦੀ ਸਟ੍ਰਾਈਕ ਜੋ ਵੀ ਉਹਨਾਂ ਨੇ ਇੱਥੇ ਧਰਨੇ ਮੁਜ਼ਾਹਰੇ ਕੀਤੇ ਉਹਨਾਂ ਦੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਕੀਤਾ, ਸਰਕਾਰ ਦੇ ਨਾਲ ਜਾ ਕੇ ਉਹਨਾਂ ਦੀ ਮੁਲਾਕਾਤ ਕਰਾਈ ਔਰ ਸਰਕਾਰ ਖੁਦ ਚੱਲ ਕੇ ਉਹਨਾਂ ਦੇ ਕੋਲ ਗਈ ਔਰ ਅਖੀਰ ਉਹਨਾਂ ਨੂੰ ਜਿਹੜਾ ਨੌਕਰੀ ਮਿਲੀ ਔਰ ਉਹਨਾਂ ਨੇ ਬਾਅਦ ਦੇ ਵਿੱਚ ਜਿਸ ਦਿਨ ਉਹਨਾਂ ਨੂੰ ਨੌਕਰੀਆਂ ਮਿਲੀਆਂ ਸੀ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵੱਡਾ ਇਕੱਠ ਕੀਤਾ, ਮੈਨੂੰ ਉੱਥੇ ਬੁਲਾਇਆ, ਮੇਰਾ ਸਨਮਾਨ ਵੀ ਕੀਤਾ ਤੇ ਮੈਨੂੰ ਉਹ ਮਾਣ ਸਨਮਾਨ ਜਿਹੜਾ ਬਹੁਤ ਚੰਗਾ ਲੱਗਾ ਤੇ ਮੈਂ ਵਾਕਿਆ ਹੀ ਆਪਣੇ ਅਧਿਆਪਕ ਵੀਰਾਂ ਭੈਣਾਂ ਦੇ ਕੰਮ ਆ ਸਕਿਆ। ਹੁਣ ਵੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਸ ਦੇ ਵਿੱਚ ਜਦੋਂ ਤੱਕ ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਜਾਂਦੀਆਂ ਅਸੀਂ ਇਹਨਾਂ ਦਾ ਡਟ ਕੇ ਸਾਥ ਦਿਆਂਗੇ, ਹਰ ਪ੍ਰਕਾਰ ਦਾ ਇਹਨਾਂ ਦਾ ਸਹਿਯੋਗ ਕਰਾਂਗੇ। ਅੱਛਾ ਕਰਨੈਲ ਸਿੰਘ ਜੀ, ਲਾਸਟ ਸਵਾਲ ਹੈ ਮੇਰਾ। ਇੱਕ ਪੰਜਾਬੀ ਯੂਨੀਵਰਸਿਟੀ ਕਹਿ ਰਹੀ ਹੈ ਕਿ ਹੁਣ ਜਿਹੜੇ ਗ੍ਰੈਜੂਏਸ਼ਨ ਪੱਧਰ ਦੀ ਐਜੂਕੇਸ਼ਨ ਹੈ ਉਹ ਯੂਨੀਵਰਸਿਟੀ ਦੇ ਵਿੱਚ ਦੇ ਦਿੱਤੀ ਜਾਵੇ, ਇਸ ਤਰ੍ਹਾਂ ਇੱਕ ਚੀਜ਼ ਇਹ ਹੋ ਸਕਦਾ ਕਿ ਯੂਨੀਵਰਸਿਟੀ ਪੱਧਰ 'ਤੇ ਇਹ ਚੀਜ਼ ਸਹੀ ਵੀ ਹੋਵੇ ਅਤੇ ਰੈਵਨਿਊ ਵੀ ਆ ਸਕਦਾ, ਪਰ ਜਿਹੜੀ ਅਸਲ ਕਾਰਨ ਹੈ ਜਿਹੜੇ ਉਹ ਬੱਚੇ ਨੇ ਫਿਰ ਜਿਸ ਤਰ੍ਹਾਂ ਮਹਿੰਦਰਾ ਕਾਲਜ ਹੈ ਪਟਿਆਲੇ ਦੇ ਵਿੱਚ ਜਾਂ ਫਿਜ਼ੀਕਲ ਕਾਲਜ ਹੈ ਪਟਿਆਲੇ ਦੇ ਵਿੱਚ, ਦੂਸਰੇ ਪਾਸੇ ਬਠਿੰਡੇ ਦੇ ਵਿੱਚ ਰਜਿੰਦਰਾ ਕਾਲਜ ਹੈ ਜਾਂ ਸੰਗਰੂਰ ਦੇ ਵਿੱਚ ਰਣਵੀਰ ਕਾਲਜ ਹੈ, ਤਾਂ ਉਹਨਾਂ ਦੇ ਬੱਚੇ ਕਨਵਰਟ ਹੋ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆ ਜਾਣਗੇ ਗ੍ਰੈਜੂਏਸ਼ਨ ਵਾਲੇ, ਤਾਂ ਇਸ ਤਰ੍ਹਾਂ ਇਹ ਕੋਈ ਮਸਲੇ ਦਾ ਹੱਲ ਤਾਂ ਲੱਗ ਨਹੀਂ ਰਿਹਾ ਕਿ ਮਸਲੇ ਦਾ ਹੱਲ ਹੈ, ਜਿਹੜੀ ਸਮੱਸਿਆ ਉਹ ਤਾਂ ਜਿਉਂ ਦੀ ਤਿਉਂ ਬਣੀ ਹੋਈ ਹੈ। ਉਹੀ ਸਟੂਡੈਂਟਸ ਸਰਕਾਰੀ ਕਾਲਜ ਦੇ ਵਿੱਚ ਨੇ, ਜੇਕਰ ਉਹੀ ਯੂਨੀਵਰਸਿਟੀ ਦੇ ਵਿੱਚ ਆ ਜਾਣਗੇ ਤਾਂ ਫਾਇਦਾ ਕੀ ਹੋਇਆ ਜੀ? ਦੇਖੋ ਇਹ ਅਕੈਡਮਿਕ ਪੱਧਰ ਦਾ ਮਸਲਾ ਹੈ, ਇਹਦੇ 'ਚ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਹਿਣੀ ਚਾਹਾਂਗਾ, ਕਿਉਂਕਿ ਇਹ ਉਹਨਾਂ ਦੀ ਆਪਣੀ ਜਿਹੜੇ ਅਰਥਸ਼ਾਸਤਰੀ ਨੇ ਜਿਹੜੇ ਵਿਦਿਅਕ ਮਾਹਰ ਨੇ ਇਹ ਉਹਨਾਂ ਦਾ ਮਸਲਾ ਹੈ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਕਿਵੇਂ ਦੇਣੀ ਔਰ ਕਿਵੇਂ ਮਿਆਰੀ ਐਜੂਕੇਸ਼ਨ ਦੇ ਨਾਲ ਜੋੜਨਾ। ਤੇ ਦੇਖੋ ਅਸੀਂ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕੀਤਾ ਹੈ ਤਾਂ ਸਾਨੂੰ ਇਸ ਸਮੇਂ ਦਰਮਿਆਨ ਸਾਨੂੰ ਬਹੁਤ ਕੁਝ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਵਿਦਿਅਕ ਢਾਂਚਾ ਹੈ ਉਹਨੂੰ ਕਿਵੇਂ ਮਿਆਰੀ ਬਣਾਉਣਾ ਔਰ ਪ੍ਰੈਕਟੀਕਲ ਕਿਵੇਂ ਬਣਾਉਣਾ। ਤੁਸੀਂ ਦੇਖੋ ਹਰ ਇੱਕ ਦੇ ਕੋਲ ਐਜੂਕੇਸ਼ਨ ਹੈ, ਕਈ ਤੁਸੀਂ ਦੇਖੋ ਜਿਹੜੇ ਗ੍ਰੈਜੂਏਟ ਨੇ, ਲਾ ਗ੍ਰੈਜੂਏਟ ਨੇ, ਜਿਹੜੇ ਪੋਸਟ ਗ੍ਰੈਜੂਏਟ ਨੇ, ਲੇਕਿਨ ਉਹਨਾਂ ਦੇ ਕੋਲ ਸਿਰਫ ਉਹ ਡਿਗਰੀਆਂ ਹੀ ਨੇ, ਡਿਪਲੋਮਾ ਹੀ ਨੇ, ਲੇਕਿਨ ਵਿੱਚ ਕੁਝ ਨਹੀਂ ਹੈਗਾ। ਬਹੁਤਿਆਂ ਦੀ ਮੈਂ ਗੱਲ ਕਰਦਾ, ਸਾਰਿਆਂ ਦੀ ਨਹੀਂ ਗੱਲ ਕਰਦਾ, ਲੇਕਿਨ ਇਹ ਜਿਹੜਾ ਹੈ ਸਾਨੂੰ ਐਜੂਕੇਸ਼ਨ ਜਿਹੜਾ ਹੈ ਉਹ ਮਿਆਰੀ ਪੱਧਰ ਦੇ ਉੱਤੇ ਕਿਵੇਂ ਉੱਚਾ ਬਣਾਇਆ ਜਾ ਸਕੇ ਔਰ ਕਿਵੇਂ ਸਾਡੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹਨੂੰ ਕਿਵੇਂ ਕਲੈਪਸ ਕੀਤਾ ਗਿਆ ਹੈ, ਉਹਨੂੰ ਕਿਵੇਂ ਸਹੀ ਢੰਗ ਦੇ ਨਾਲ ਸਹੀ ਜਗ੍ਹਾ ਤੇ ਲਿਆਂਦਾ ਜਾ ਸਕੇ, ਔਰ ਇਸੇ ਤਰ੍ਹਾਂ ਮਿਡਲ ਐਜੂਕੇਸ਼ਨ, ਫਿਰ ਉਸ ਤੋਂ ਅੱਗੇ ਸੈਕੰਡਰੀ ਐਜੂਕੇਸ਼ਨ ਔਰ ਇਸ ਤੋਂ ਅੱਗੇ ਕਾਲਜ ਪੱਧਰ ਦੀ ਐਜੂਕੇਸ਼ਨ, ਫਿਰ ਯੂਨੀਵਰਸਿਟੀ ਪੱਧਰ ਦੀ ਐਜੂਕੇਸ਼ਨ, ਇਹ ਜਿਹੜਾ ਹੈ ਆਪਸ ਵਿੱਚ ਇੱਕ ਤਾਲਮੇਲ ਬਣਾਉਣਾ ਬੜਾ ਜ਼ਰੂਰੀ ਹੈ। ਪਰ ਮੈਂ ਇਸ ਦੇ ਉੱਤੇ ਇੰਨਾ ਹੀ ਕਮੈਂਟਸ ਕਰਦਾ ਦੇ ਸਕਦਾ ਕਿ ਇਹ ਮਸਲੇ ਜਿਹੜੇ ਆ ਇਹ ਬੈਠ ਕੇ ਵਿਚਾਰੇ ਜਾਣੇ ਚਾਹੀਦੇ ਆ ਔਰ ਇੱਕ ਰਾਏ ਬਣਾ ਕੇ ਜੋ ਵੀ ਇਹ ਜਿਹੜੇ ਕਾਲਜਾਂ ਦੇ ਵਿੱਚ ਵਿਦਿਆਰਥੀ ਕਿੱਥੋਂ ਤੱਕ ਪੜ੍ਹ ਸਕਦੇ ਨੇ, ਯੂਨੀਵਰਸਿਟੀ ਦੇ ਵਿੱਚ ਕਿੱਥੋਂ ਤੱਕ ਪੜ੍ਹ ਸਕਦੇ ਆ, ਜੇ ਉਹਦੇ ਵਿੱਚ ਕੋਈ ਤਬਦੀਲੀ ਲਿਆਉਣੀ ਹੈ ਤਾਂ ਉਹਨੂੰ ਵੀ ਇੱਕ ਸਾਰੂ ਢੰਗ ਦੇ ਨਾਲ ਬਣਾਇਆ ਜਾਵੇ, ਨਾ ਕਿ ਇਸ ਦੇ ਵਿੱਚ ਹੀ ਅਸੀਂ ਉਲਝੇ ਰਹੀਏ ਕਿ ਇਹਨਾਂ ਨੂੰ ਇੱਥੇ ਪੜ੍ਹਾਇਆ ਜਾਵੇ ਜਾਂ ਉੱਥੇ ਪੜ੍ਹਾਇਆ ਜਾਵੇ। ਇਹ ਮਸਲਾ ਜਿਹੜਾ ਹੈ ਇਹ ਉਹਨਾਂ ਦੇ ਪੱਧਰ ਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਹ ਐਜੂਕੇਸ਼ਨ ਦੇਣੀ ਹੈ। ਜੀ ਕਰਨੈਲ ਸਿੰਘ, ਪੀਰ ਮੁਹੰਮਦ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਤੁਹਾਡਾ ਵੀ ਬਨੇਰਾ ਟੀਵੀ ਦਾ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾ ਹੱਕ ਸੱਚ ਤੇ ਨਿਆਂ ਦੀ ਗੱਲ ਕਰਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਤਰੱਕੀਆਂ ਮਾਣੋ ਔਰ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਕਿਉਂਕਿ ਇਹਨਾਂ ਦੀ ਜ਼ਿਆਦਾ ਲੋੜ ਹੈ, ਕਿਉਂਕਿ ਬਹੁਤੇ ਟੀਵੀ ਚੈਨਲ ਮੈਂ ਦੇਖਦਾ ਹੋਰ ਹੀ ਇਸ਼ੂ ਦੇ ਉੱਤੇ ਜਿਹੜੇ ਆਪਣੀ TRP ਵਧਾਉਣ ਤੇ ਲੱਗੇ ਰਹਿੰਦੇ ਆ, ਲੇਕਿਨ ਜਿਹੜੇ ਬੇਸਿਕ ਮੇਨ ਇਸ਼ੂ ਨੇ ਉਹਨਾਂ ਦੇ ਉੱਤੇ ਕਦੇ ਵੀ ਧਿਆਨ ਨਹੀਂ ਦਿੰਦੇ। ਸੋ ਮੈਂ
ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਹਮੇਸ਼ਾ ਜਦੋਂ ਵੀ ਕੋਈ ਮਸਲਾ ਇਸ ਤਰ੍ਹਾਂ ਦਾ ਆਉਂਦਾ ਤੁਸੀਂ ਸਾਨੂੰ ਯਾਦ ਕਰਦੇ ਹੋ ਤੇ ਅਸੀਂ ਵੀ ਤੁਹਾਨੂੰ ਉਸ ਦੇ ਵਿੱਚ ਆਪਣੇ ਜਿਹੜੇ ਵਿਚਾਰ ਹੁੰਦੇ ਨੇ ਤੁਹਾਡੇ ਸਾਹਮਣੇ ਰੱਖਦੇ ਹਾਂ। ਫਿਰ ਵੀ ਕੋਈ ਬੋਲਿਆ ਗਿਆ ਸ਼ਬਦ ਜਿਹੜਾ ਕਿਸੇ ਦੀ ਸ਼ਾਨ ਦੇ ਖਿਲਾਫ ਹੋਵੇ, ਨਿੱਜੀ ਤੌਰ ਤੇ ਮੈਂ ਉਸਦੀ ਮਾਫ਼ੀ ਚਾਹਾਂਗਾ ਤੇ ਮੈਂ ਚਾਹਾਂਗਾ ਕਿ ਪੰਜਾਬ ਜਿਹੜਾ ਉਹ ਹਮੇਸ਼ਾ ਸਾਰੀ ਦੁਨੀਆ ਦੀ ਮੈਂ ਗੱਲ ਕਰਾਂਗਾ, ਕੱਲੇ ਦੇਸ਼ ਦੀ ਨੀ, ਦੁਨੀਆਂ ਨੂੰ ਲੀਡ ਕਰਦਾ ਨਜ਼ਰ ਆਉਂਦਾ। ਜਿੱਥੇ ਜਿੱਥੇ ਵੀ ਪੰਜਾਬੀ ਗਏ ਨੇ ਉਹਨਾਂ ਨੇ ਸ਼ਾਨ ਦੇ ਝੰਡੇ ਕੱਢੇ ਨੇ। ਸੋ ਇਹ ਮਸਲਾ ਵੀ ਜਿਹੜਾ ਅਸੀਂ ਚੰਗੇ ਢੰਗ ਨਾਲ ਹੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਕਰਨੈਲ ਸਿੰਘ, ਪੀਰ ਮੁਹੰਮਦ ਜੀ, ਜਿਨ੍ਹਾਂ ਨੇ ਜਿਹੜੇ ਕੁੜੀਆਂ ਦਾ ਮਾਮਲਾ ਟੈਟ 2011 ਦਾ ਮਾਮਲਾ ਅਤੇ ਦੂਸਰੇ ਪਾਸੇ ਰੈਗੂਲਰ ਪ੍ਰੋਫੈਸਰਾਂ ਦਾ ਮਾਮਲਾ, ਉਸ ਉੱਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਾਨ 'ਤੇ ਕਲਿੱਕ ਕਰੋ।